ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪਿਆਰ ਸਤਿਕਾਰ ਦੇਣ ਦੇ ਲਈ। ਔਰ ਬੜੀ ਚਿਰ ਬਾਅਦ ਲਾਈਵ ਹੋਏ ਹਾਂ। ਲਾਈਵ ਹੋਣ ਦਾ ਕਾਰਨ ਇਹ ਹੈ ਕਿ ਅੱਜ ਪਹਿਲਾ ਗਾਣਾ ਜਿਹੜੀ ਕਿ ਫੁੱਲ ਐਲਬਮ ਬਾਰੀ ਹੈ, ਦੀਪ ਢਿੱਲੋਂ ਜੈਸਮੀਨ ਜੱਸੀ ਸਟੂਡੀਓ ਲਾਈਵ ਵਿਦ ਸਚਿਨ ਹੂਜਾ। ਸੋ ਇਹ ਮੇਰਾ ਡਰੀਮ ਪ੍ਰੋਜੈਕਟ ਹੈ, ਬੜੇ ਚਿਰ ਦਾ ਮੈਂ ਪ੍ਰੋਜੈਕਟ ਕਰਨ ਬਾਰੇ ਸੋਚਦਾ ਸੀ ਕਿ ਫੁੱਲ ਐਲਬਮ ਇੱਦਾਂ ਦੀ ਕੀਤੀ ਜਾਵੇ ਜਿੱਦਾਂ ਦਾ ਮੇਰਾ ਟੇਸਟ ਆ, ਜਿੱਦਾਂ ਦੇ ਗਾਣੇ ਗਾ ਕੇ ਮੈਨੂੰ ਚੰਗਾ ਲੱਗਦਾ। ਸੋ ਉਮੀਦ ਹੈ ਤੁਹਾਡੀ ਅਤੇ ਮੇਰੀ ਪਸੰਦ ਰਲੇਗੀ, ਤੁਹਾਨੂੰ ਪਸੰਦ ਆਉਣਗੇ। ਸੋ ਗੀਤ 12 ਸੌਂਗ ਨੇ ਇਹਦੇ ਵਿੱਚ ਅਲੱਗ ਅਲੱਗ ਰਾਈਟਰਾਂ ਦੇ। ਸੋ ਸਾਡਾ ਵੀਰ ਭਿੰਦਰ ਡੇਲਿਆਂਵਾਲੀ, ਜੋਰਾਲ ਸਾੜਾ, ਪ੍ਰੀਤ ਸਿੰਘ ਰੇੜੀ, ਗੁਰੀ ਹਕੂਮਤ ਵਾਲਾ, ਮਹਿਕ ਧਾਲੀਵਾਲ ਔਰ ਪ੍ਰੀਤ ਕੱਲਾਂ ਵਾਲਾ। ਸੋ ਬਾਕੀ ਇਹਦੇ ਵਿੱਚ ਦਵਿੰਦਰ ਬੈਨੀਵਾਲ ਸਾਹਿਬ ਦਾ ਗੀਤ ਹੈ, ਕੁਲਵੰਤ ਸੇਖੋਂ ਦਾ ਗਾਣਾ ਜਿਹੜਾ ਕਿ ਅੱਜ ਖੋਲ੍ਹਣਾ ਹੈ, ਨਾਨਕ ਦੀ ਬਾਣੀ ਪਹਿਲਾ ਗੀਤ ਹੈ। ਔਰ ਸ਼ੇਰ ਨੇ ਇਹਦੇ ਵਿੱਚ ਲੰਗਿਆਣੀਆਂ ਵਾਲਾ ਚੋਹਦਾ ਸਾਡਾ ਵੀਰ ਕੁਲਵੰਤ ਸੇਖੋਂ ਅਤੇ ਹੋਰ ਸੱਜਣਾ ਮਿੱਤਰਾਂ ਦੇ, ਮਹਿਕ ਧਾਲੀਵਾਲ ਦੇ। ਸੋ ਕੁੱਲ 12 ਸੌਂਗ ਨੇ ਔਰ 8 ਸ਼ੇਅਰ ਨੇ ਅਲੱਗ ਅਲੱਗ ਕਰਕੇ। ਇਕੱਲਾ ਇਕੱਲਾ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੇਗਾ, ਜੋਤ ਸੋਲ ਨੇ ਸਾਡੇ ਨੇ ਵੀਰ ਨੇ ਵੀਡੀਓ ਕੀਤਾ ਇਹਦਾ, ਸਟੂਡੀਓ ਲਾਈਵ ਸਟੇਜ ਦੀ ਤਰ੍ਹਾਂ ਫੁਲਮਾ ਕੇ ਇਹਨੂੰ, ਗਾਣਿਆਂ ਨੂੰ ਅਲੱਗ ਅਲੱਗ ਢੰਗ ਦੇ ਨਾਲ ਤੁਹਾਨੂੰ ਦੇਖਣ ਨੂੰ ਮਿਲਣਗੇ। ਮੈਂ ਔਰ ਜੈਸਮੀਨ ਜੱਸੀ ਨੇ ਡਿਊਟ ਵੀ ਨੇ, ਜੱਸੀ ਦੇ ਸੋਲੋ ਵੀ ਨੇ, ਮੇਰੇ ਵੀ ਸੋਲੋ ਨੇ। ਸੋ ਇੱਕ ਮਿਲਿਆ ਗੁਲਦਸਤਾ ਤੁਹਾਡੇ ਲਈ ਤਿਆਰ ਕੀਤਾ। ਸੋ ਮੇਰਾ ਡਰੀਮ ਪ੍ਰੋਜੈਕਟ ਆ, ਸਾਥ ਦਿਓ ਸਾਰਾ, ਕਿਉਂਕਿ ਤੁਹਾਡੇ ਸਾਥ ਬਿਨਾਂ ਕਾਸੇ ਦੀ ਨਹੀਂ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ। ਟੀਜ਼ਰ ਤੁਸੀਂ ਦੇਖਿਆ, ਚੰਗਾ ਲੱਗਿਆ, ਥੈਂਕ ਯੂ। ਸੋ ਅੱਜ ਗਾਣਾ ਪੂਰੇ 10 ਵਜੇ PTC ਪੰਜਾਬੀ ਔਰ ਮੈਡ ਫਾਰ ਮਿਊਜ਼ਿਕ ਦੇ ਔਫਿਸ਼ੀਅਲ ਚੈਨਲ 'ਤੇ ਤੁਸੀਂ ਦੇਖੋਗੇ। ਮੈਡ ਫਾਰ ਮਿਊਜ਼ਿਕ ਦੇ ਚੈਨਲ 'ਤੇ ਜਾ ਕੇ ਸੋਹਣੇ ਸੋਹਣੇ ਕਮੈਂਟ ਕਰਿਓ, ਸ਼ਾਬਾਸ਼ ਦਿਓ, ਤੁਹਾਡਾ ਹੌਂਸਲਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਕੋਈ ਕਮੀ ਹੋਈ ਤਾਂ ਉਹ ਵੀ ਜ਼ਰੂਰ ਦੱਸਿਓ। ਸੋ ਮੈਡ ਫਾਰ ਮਿਊਜ਼ਿਕ ਦਾ ਜਿਹੜਾ ਕਿ ਔਫਿਸ਼ੀਅਲ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਿਓ, ਤੁਸੀਂ ਲਾਈਕ ਕਰਿਓ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, 10 ਵੱਜਣ ਵਾਲੇ ਨੇ। ਸੋ ਇੱਕ ਇਹ ਗੀਤ ਉਹਨਾਂ ਮਿਹਨਤੀ ਲੋਕਾਂ ਨੂੰ ਡੈਡੀਕੇਟ ਹੈ, ਸੋ ਜੋ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਿਆ ਕਰਦੇ ਸੀ, ਕੰਮ ਹੀ ਪੂਜਾ, ਜੋ ਇਸ ਗੱਲ ਨੂੰ ਹਕੀਕਤ ਦੇ ਵਿੱਚ ਮੰਨਦੇ ਨੇ ਕਿ ਕੰਮ ਹੀ ਪੂਜਾ, ਉਹ ਕੰਮ ਜਿਹੜੇ ਕੰਮ ਦੇ ਨਾਲ ਹੋਰ 4 ਲੋਕਾਂ ਨੂੰ ਫਾਇਦਾ ਹੁੰਦਾ ਹੋਵੇ, ਹੋਰ 4 ਲੋਕਾਂ ਦਾ ਰੁਜ਼ਗਾਰ ਚੱਲਦਾ ਹੋਵੇ, ਬਿਨਾਂ ਕਿਸੇ ਸਵਾਰਥ ਤੋਂ ਤੁਸੀਂ ਆਪਣੇ ਜਨੂੰਨ ਦੇ ਨਾਲ, ਆਪਣੇ ਇਮਾਨਦਾਰੀ ਦੇ ਨਾਲ ਪੂਰੇ ਕੰਮ ਨੂੰ ਕਰਦੇ ਹੋ। ਸੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਵਿੱਕੀ ਦਇਆ ਸਾਡਾ ਵੀਰ ਬੋਹੇ ਵਾਲਾ, ਬਹੁਤ ਹੀ ਪਿਆਰਾ ਜਿਹਾ ਵੀਰ ਆ, ਸਾਡੀ ਟੀਮ ਦਾ ਮੈਂਬਰ ਹੈ। ਸੋ ਦੇਖ ਰਿਹਾ ਇਸ ਵੇਲੇ ਜਾਤ ਮਾਂਗਟ ਵੀਰ ਔਰ ਸਾਡੇ ਬੜੇ ਪਰਮ ਮਿੱਤਰ ਹੋਂਗਕੋਂਗ ਤੋਂ ਪੰਜਾਬ ਕਲਚਰ ਗਰੁੱਪ ਵਾਲੇ ਜੱਸੀ ਤੁਗਲ ਵਾਲਾ ਵੀਰ, ਬਹੁਤ ਸੋਹਣਾ ਲਿਖਦਾ ਵੀ ਹੈ, ਰਾਈਟਰ ਹੈ ਬਾਈ। ਸੋ ਗੀਤ ਅੱਜ ਨਾਨਕ ਦੀ ਬਾਣੀ ਪਹਿਲਾ ਗਾਣਾ ਖੁੱਲ੍ਹੇਗਾ 10 ਵਜੇ, 10 AM ਮੇਰਾ ਡਰੀਮ ਪ੍ਰੋਜੈਕਟ ਆ, ਸਾਥ ਦਿਓ ਸਾਰੇ ਜਾਣੇ। ਸੋ ਉਮੀਦ ਆ ਤੁਹਾਨੂੰ ਚੰਗਾ ਲੱਗੇਗਾ। ਉਸ ਤੋਂ ਬਾਅਦ ਜਿਹੜਾ ਕਿ ਨੈਕਸਟ ਮੰਗਲਵਾਰ ਆਏਗਾ, ਇਸ ਤੋਂ ਬਾਅਦ ਵਾਲਾ ਜਿਹੜਾ ਮੰਗਲਵਾਰ ਆਏਗਾ, ਹੁਣ ਅੱਜ ਬੁੱਧਵਾਰ ਹੋ ਚੁੱਕਾ, ਸੋ ਮੰਗਲਵਾਰ ਨੂੰ ਫੁੱਲ ਐਲਬਮ ਆਏਗੀ ਔਰ ਸੈਕਿੰਡ ਸੌਂਗ ਆਏਗਾ ਜੋੜੀ। ਸੋ ਉਸ ਤੋਂ ਬਾਅਦ ਹਰ ਵੀਕ ਹਰ ਮੰਗਲਵਾਰ ਤੁਹਾਨੂੰ ਨਵਾਂ ਗਾਣਾ ਦੇਖਣ ਨੂੰ ਮਿਲੇਗਾ, ਹਰ ਮੰਗਲਵਾਰ ਗਾਣਾ ਚੱਲੇਗਾ PTC ਪੰਜਾਬੀ, PTC ਚੱਕ ਦੇ ਐਕਸਕਲੂਸਿਵ ਚੱਲੇਗਾ ਔਰ ਨਾਲ ਨਾਲ ਮੈਡ ਫਾਰ ਮਿਊਜ਼ਿਕ ਦੇ ਜਿਹੜਾ ਕਿ ਯੂਟਿਊਬ ਚੈਨਲ 'ਤੇ ਅਸੀਂ ਨੂੰ ਰਿਲੀਜ਼ ਕਰਿਆ ਕਰਾਂਗੇ। ਸੋ ਐਲਬਮ ਫੁੱਲ ਤੁਹਾਨੂੰ ਸੁਣਨ ਨੂੰ ਮਿਲ ਜਾਣੀ ਹੈ, ਮੰਗਲਵਾਰ ਨੂੰ ਫੁੱਲ ਐਲਬਮ ਵੀ ਪਾ ਦਿਆਂਗੇ ਔਰ ਨਾਲ ਨਾਲ ਗਾਣਾ ਪਹਿਲਾ ਗਾਣਾ ਨਾਨਕ ਦੀ ਬਾਣੀ ਖੁੱਲ੍ਹ ਜਾਣਾ, ਦੂਜਾ ਬਾਣਾ ਗਾਣਾ ਖੁੱਲ੍ਹੇਗਾ ਜੋੜੀ। ਸੋ ਦਿਓ ਸਾਥ ਪਿਆਰ ਮੁਹੱਬਤ। ਸੋ ਇੱਕ ਪੰਜਾਬੀ ਕਲਚਰ, ਪੰਜਾਬੀ ਪਹਿਰਾਵੇ ਦੇ ਨਾਲ, ਪੰਜਾਬੀ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਇਹ ਪ੍ਰੋਜੈਕਟ ਦੇਖਣ ਨੂੰ ਮਿਲੇਗਾ। ਸੋ ਜਿੱਦਾਂ ਦੇ ਗਾਣੇ ਤੁਸੀਂ ਮੇਰੇ ਤੋਂ ਸੁਣਨਾ ਪਸੰਦ ਕਰਦੇ ਹੋ, ਉੱਦਾਂ ਦੇ ਗੀਤ ਇਹ ਮੈਂ ਲੈ ਕੇ ਆਇਆ ਤੁਹਾਡੇ ਲਈ, ਕਿਉਂਕਿ
ਤੁਹਾਡੇ ਪਿਆਰ ਸਦਕਾ 13-14 ਸਾਲ ਹੋ ਗਏ ਕੰਮ ਕਰਦਿਆਂ ਨੂੰ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਕੁਛ ਨਵਾਂ ਨਵਾਂ ਕਰਦੇ ਰਹੀਏ ਤਾਂ ਕਿ ਸਟੇਜ ਜਿਹੜੀ ਕਿ ਕਿਉਂਕਿ ਮੇਨ ਮੇਰਾ ਜਿਹੜਾ ਟਾਰਗੇਟ ਹੁੰਦਾ, ਮੇਨ ਫੋਕਸ ਹੁੰਦਾ ਉਹ ਪ੍ਰੋਗਰਾਮਾਂ 'ਤੇ ਹੁੰਦਾ, ਕਿਉਂਕਿ ਕਲਾਕਾਰਾਂ ਨੂੰ ਕਮਾਈ ਪ੍ਰੋਗਰਾਮਾਂ ਦੀ ਹੈ। ਸੋ ਤੁਸੀਂ ਆਪਣੇ ਘਰ ਦੀਆਂ ਖੁਸ਼ੀਆਂ ਦੇ ਵਿੱਚ ਕਿਤੇ ਹੋਰ ਸ਼ਾਮਿਲ ਕਰਦੇ ਹੋ ਪ੍ਰੋਗਰਾਮਾਂ ਦੇ ਵਿੱਚ, ਸੋ ਉਹਨਾਂ ਪੈਸਿਆਂ ਦੇ ਨਾਲ ਇਹ ਪ੍ਰੋਜੈਕਟ ਬਣਦੇ ਨੇ, ਕਿਉਂਕਿ ਪੰਜਾਬੀ ਜਿਹੜੀ ਗਾਇਕੀ ਹੈ ਕਾਫੀ ਮਹਿੰਗੀ ਹੋ ਚੁੱਕੀ ਹੈ, ਕਿਉਂਕਿ ਹੁਣ ਨਾ ਸੀੜੀਆਂ ਦਾ ਯੁੱਗ ਰਿਹਾ ਨਾ ਕੈਸਟਾਂ ਵਿਕਣ ਦਾ ਯੁੱਗ ਰਿਹਾ। ਸੋ ਇਸ ਕਰਕੇ ਉਹੀ ਕਿ ਤੁਹਾਡੇ ਪੈਸੇ ਨੇ ਇਸ 'ਤੇ ਲੱਗੇ ਹੋਏ ਨੇ, ਮਿਹਨਤ ਦੀ ਕਮਾਈ ਹੈ। ਸੋ ਉਮੀਦ ਆ ਤੁਹਾਨੂੰ ਚੰਗੀ ਲੱਗੇਗੀ ਕਿ ਬੜੀ ਮੇਰੇ ਖਿਆਲ ਦੇ ਵਿੱਚ 1.5 ਸਾਲ ਹੋ ਗਿਆ ਸਾਨੂੰ ਇਹ ਪ੍ਰੋਜੈਕਟ ਰੈਡੀ ਕਰਦਿਆਂ ਨੂੰ। ਮੈਂ ਔਰ ਸਚਿਨ ਹੂਜਾ, ਜੋਤ ਸੋਹਲ ਜੀ ਰਾਤਾਂ ਜਾਗ ਜਾਗ ਕੇ ਪ੍ਰੋਜੈਕਟ ਕੀਤਾ। ਸੋ ਸਾਰੇ ਬੰਦੇ ਮਿਹਨਤ ਕਰਦੇ ਨੇ, ਫਲ ਫੁੱਲ ਲਾਉਣਾ ਪਰਮਾਤਮਾ ਦੇ ਹੱਥ ਹੁੰਦਾ, ਲੋਕਾਂ ਦੇ ਹੱਥ ਹੁੰਦਾ। ਸੋ ਗਿਆ ਵੀ ਵਿਰਾਟ ਸਾਡਾ ਵੀਰ, ਸੋ ਜਿਉਂਦੇ ਵਸਦੇ ਰਹੋ, ਰੱਬ ਰਾਜ਼ੀ ਰੱਖੇ ਤੁਹਾਨੂੰ ਸਾਰਿਆਂ ਨੂੰ ਜੀ। 10 ਵਜੇ ਪੂਰੇ ਗਾਣਾ ਖੁੱਲ੍ਹੇਗਾ, ਫਿਰ ਹੋ ਜਾਇਓ ਤਿਆਰ, ਥੋੜ੍ਹਾ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਗਾਣਾ ਸ਼ੇਅਰ ਕਰਿਓ, ਸਪੋਰਟ ਕਰਿਓ ਅੱਗੇ ਅੱਗੇ ਜਿੰਨਾ ਤੁਸੀਂ ਕਰ ਸਕਦੇ ਹੋ ਆਪਣੇ ਵੱਲੋਂ, ਵੱਧ ਤੋਂ ਵੱਧ ਕਰਿਓ। ਔਰ ਇਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਮੈਂ ਲਾਈਵ ਹੁੰਦਾ, ਇੰਸਟਾਗ੍ਰਾਮ 'ਤੇ ਦੀਪ ਢਿੱਲੋਂ 111, ਯਾਨੀ ਕਿ 111 ਮੇਰਾ ਔਫਿਸ਼ੀਅਲ ਚੈਨਲ ਹੈ। ਸੋ ਉਸ 'ਤੇ ਵੀ ਲਾਈਵ ਹੋਵਾਂਗੇ। ਉਸ ਤੋਂ ਬਾਅਦ ਅਰਬਨ ਪੇਂਡੂ ਮਿਊਜ਼ਿਕ ਜਿਹੜਾ ਕਿ ਆਪਣਾ ਆਪਣੀ ਮਿਊਜ਼ਿਕ ਕੰਪਨੀ ਹੈ, ਉਹਦੇ ਚੈਨਲ 'ਤੇ ਅਸੀਂ ਯੂਟਿਊਬ ਦੇ ਉੱਤੇ ਲਾਈਵ ਹੋਵਾਂਗੇ ਥੋੜ੍ਹੀ ਦੇਰ ਬਾਅਦ, ਪਹਿਲਾਂ ਇੰਸਟਾ 'ਤੇ ਫਿਰ ਉਸ ਤੋਂ ਬਾਅਦ ਯੂਟਿਊਬ 'ਤੇ। ਯੂਟਿਊਬ 'ਤੇ ਅਰਬਨ ਪੇਂਡੂ ਮਿਊਜ਼ਿਕ ਦਾ ਚੈਨਲ ਵੀ ਸਬਸਕ੍ਰਾਈਬ ਕਰਿਓ, ਔਰ ਮਿਲਦੇ ਹਾਂ ਜੁੜਦੇ ਹਾਂ ਉੱਥੇ, ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਕੋਲ ਟਾਈਮ ਹੋਇਆ ਤਾਂ। ਸੋ ਪਰਮਾਤਮਾ ਰਾਜ਼ੀ ਰੱਖੇ, ਸਭ ਦੇ ਸੁਪਨੇ ਪੂਰੇ ਹੋਣ, ਸਾਰੇ ਹੱਸਦੇ ਖੇਡਦੇ ਰਹਿਣ, ਘਰਾਂ 'ਚ ਬਰਕਤਾਂ ਰਹਿਣ, ਇਸੇ ਤਰ੍ਹਾਂ ਰੌਣਕ ਮੇਲੇ ਲੱਗਦੇ ਰਹਿਣ। ਵੈਡਿੰਗ ਸੀਜ਼ਨ ਸ਼ੁਰੂ ਆ, ਹੁਣ ਬੁਕਿੰਗ ਚੱਲ ਰਹੀ ਹੈ ਤੁਹਾਡੇ ਪਿਆਰ ਨਾਲ ਜ਼ੋਰਾਂ ਸ਼ੋਰਾਂ 'ਤੇ। ਸੋ ਰੱਬ ਰਾਜ਼ੀ ਰੱਖੇ ਤੁਹਾਨੂੰ ਸਾਰਿਆਂ ਨੂੰ, ਔਰ ਕੁਦਰਤੀ ਜਿਹੜੀਆਂ ਕਿ ਸੁੱਖ ਦੁੱਖ, ਕਦੇ ਸੋਕਾ ਕਦੇ ਪਾਣੀ, ਸੋ ਜਿੱਥੇ ਜਿੱਥੇ ਕਿਤੇ ਇਹਨਾਂ ਗੱਲਾਂ ਦਾ ਲੋਕ ਸ਼ਿਕਾਰ ਹੋਏ ਨੇ, ਪਾਣੀ ਜਿਹੜਾ ਕਿ ਬਹੁਤ ਤਰੀਕੇ ਦੇ ਨਾਲ ਆਇਆ ਹੋਇਆ ਬੜਾ ਜ਼ਬਰਦਸਤ ਨਾਲ, ਮੈਂ ਦੁਆ ਕਰਾਂਗਾ ਉਹਨਾਂ ਲੋਕਾਂ ਲਈ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ, ਉਹਨਾਂ ਦੇ ਘਰ ਸੁਰੱਖਿਅਤ ਰਹਿਣ, ਬੱਚੇ ਸੁਰੱਖਿਅਤ ਰਹਿਣ। ਸੋ ਰਲ ਮਿਲ ਕੇ ਸਾਥ, ਇੱਕ ਦੂਜੇ ਨਾਲ ਰਲ ਮਿਲ ਕੇ ਪਿਆਰ, ਜਿਹੜਾ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਹੀ ਆਏ, ਇੱਕ ਦੂਜੇ ਦਾ ਸਾਥ ਹੈ, ਸਾਡੇ ਗੁਰੂਆਂ ਪੀਰਾਂ ਦਾ ਦੱਸਿਆ ਹੋਇਆ ਜਿਹੜਾ ਫਰਮਾਨ ਹੈ, ਇਹ ਬਿਨਾਂ ਕਿਸੇ ਸਵਾਰਥ ਤੋਂ ਦੂਜੇ ਦੇ ਕੰਮ ਆਉਣਾ। ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਿਆ ਕਰੋ, ਕਿਉਂਕਿ ਪੈਸਾ ਧੇਲਾ ਰੌਣਕ ਮੇਲਾ ਸਭ ਕੁਝ ਇੱਥੇ ਰਹਿ ਜਾਣਾ, ਹੱਸ ਲਓ ਖੇਡ ਲਓ ਮੌਜ ਮਨਾ ਲਓ ਕੀ ਦੁਨੀਆ ਤੋਂ ਲੈ ਜਾਣਾ। ਜਿਹਨੇ ਚੰਗਾ ਕੰਮ ਕੋਈ ਕਰਿਆ ਕਿਸੇ ਡਿੱਗਦੇ ਦਾ ਹੱਥ ਫੜਿਆ, ਬਲਦੀ ਅੱਗ 'ਚ ਕਿਸੇ ਲਈ ਸੜਿਆ, ਰਾਹ ਸੁਰਗਾਂ 'ਤੇ ਪੈ ਜਾਣਾ, ਹੱਸ ਲਓ ਖੇਡ ਲਓ ਮੌਜ ਮਨਾ ਲਓ ਕੀ ਦੁਨੀਆ ਤੋਂ ਲੈ ਜਾਣਾ, ਇੱਥੇ ਨਰਕ ਇੱਥੇ ਸਵਰਗ ਆਹੀ ਦੁਨੀਆਦਾਰੀ ਹੈ। ਸੋ ਕਾਹਲਾ ਟਾਈਮ ਕੀ ਨੇ ਦੇਖਿਆ ਆਉਣ ਵਾਲਾ ਟਾਈਮ। ਸੋ ਹਕੀਕਤ ਦੇ ਵਿੱਚ ਰਹਿ ਕੇ ਇੱਥੇ ਤੁਸੀਂ ਵੱਧ ਤੋਂ ਵੱਧ ਆਪਣੀਆਂ ਮਿਹਨਤਾਂ ਕਰੋ, ਤੁਹਾਡੇ ਸੁਪਨੇ ਪੂਰੇ ਹੋਣ। ਪੰਜਾਬ ਸਾਡਾ ਬੜਾ ਖੂਬਸੂਰਤ ਹੈ, ਇਹਨੂੰ ਨਸ਼ੇ ਪੱਤੇ ਤੋਂ ਜਿੱਥੇ ਕਿਤੇ ਹੋ ਸਕਦਾ ਬਚਾ ਕੇ ਰੱਖੋ, ਔਰ ਜਿਹਨੇ ਕਿਸੇ ਦਾ ਸਾਥ ਨਾਲ ਰਲ ਮਿਲ ਕੇ ਕੋਈ ਨਿਆਣਾ ਕਿਸੇ ਦਾ ਰੁਜ਼ਗਾਰ ਪੈ ਰਿਹਾ ਤਾਂ ਉਹਦਾ ਸਾਥ ਦਿਓ। ਜਿਉਂਦੇ ਵਸਦੇ ਰਹੋ, ਰੱਬ ਰਾਜ਼ੀ ਰੱਖੇ ਜੀ। 10 ਵਜੇ ਨਾਨਕ ਦੀ ਬਾਣੀ। ਹੋ ਮਿੱਟੀ ਦੇ ਵਿੱਚ ਮਿੱਟੀ ਹੋ ਕੇ, ਖੇਤਾਂ ਵਿੱਚ ਜੋ ਹਲ ਵਾਉਂਦੇ, ਹਰ ਸਿਰ 'ਤੇ ਚੱਕ ਧੂੜੀ ਦੀਆਂ ਪੰਡਾਂ, ਹੋਏ ਨੰਗੇ ਪੈਰੀ ਘਰ ਆਉਂਦੇ। ਸੋ ਸਾਡੇ ਬਾਪੂ ਵਰਗਿਆਂ ਨੇ ਮਿਹਨਤਾਂ ਕਰੀਆਂ ਨੇ, ਉਹਨਾਂ ਮਿਹਨਤਾਂ ਦੇ ਕਰਕੇ ਅੱਜ ਬੈਠੇ ਹਾਂ ਖੇਤਾਂ ਦੇ ਵਿੱਚ। ਸੋ ਬੜੀਆਂ ਔਖੀਆਂ ਕਮਾਈਆਂ ਨੇ ਜੱਟਾਂ ਦੀਆਂ। ਸੋ ਹੱਥੀਂ ਰੁਜ਼ਗਾਰ ਕਰਨਾ, ਕਿਰਤ ਕਰਨਾ, ਵੰਡ ਛਕਣਾ, ਇਹ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ। ਸੋ ਨਾਨਕ ਦੀ ਬਾਣੀ ਕੀ ਕਹਿੰਦੀ ਹੈ ਜ਼ਿਆਦਾ ਤੁਸੀਂ ਔਰ ਪੂਰੇ ਗਾਣੇ ਦੇ ਵਿੱਚ ਸੁਣੋਗੇ, ਉਮੀਦ ਆ ਤੁਹਾਨੂੰ ਚੰਗਾ ਲੱਗੇਗਾ। ਸੋ ਅੱਜ ਪਹਿਲਾ ਗਾਣਾ, ਉਸ ਤੋਂ ਬਾਅਦ ਅਗਲੇ ਮੰਗਲਵਾਰ ਫੁੱਲ ਐਲਬਮ ਅਤੇ ਨਾਲ ਨਾਲ ਦੂਸਰਾ ਸੌਂਗ ਤੁਹਾਨੂੰ ਦੇਖਣ ਨੂੰ ਮਿਲੇਗਾ। ਜਿਉਂਦੇ ਵਸਦੇ ਰਹੋ, ਰੱਬ ਰਾਜ਼ੀ ਰੱਖੇ। ਥੈਂਕ ਯੂ।